ਗੁੱਡ ਮਾਰਨਿੰਗ, ਸਵਾਗਤ, ਅਭਿਨੰਦਨ, ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਿਸ਼ਨੂ ਗੁਪਤਾ ਆਪ ਸਭ ਦਾ ਇਸ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ। ਇਸ ਖਾਸ ਪ੍ਰੋਗਰਾਮ ਵਿੱਚ ਜਾਣਾਂਗੇ ਕਿ ਤੁਹਾਡੀ ਰਾਸ਼ੀ ਅਨੁਸਾਰ ਅੱਜ ਦਾ ਰਾਸ਼ੀਫਲ ਕੀ ਕਹਿੰਦਾ ਹੈ, ਲੱਕੀ ਕਲਰ ਕਿਹੜਾ ਹੈ, ਲੱਕੀ ਨੰਬਰ ਕੀ ਹੈ, ਸਾਵਧਾਨੀ ਕੀ ਵਰਤਣੀ ਹੈ ਅਤੇ ਸਮੱਸਿਆ ਦਾ ਸਮਾਧਾਨ ਕੀ ਹੈ, ਇਸ ਉੱਤੇ ਅਸੀਂ ਚਰਚਾ ਕਰਾਂਗੇ। ਆਓ ਸ਼ੁਰੂ ਕਰਦੇ ਹਾਂ ਪਹਿਲੀ ਰਾਸ਼ੀ ਏਰੀਜ਼ ਯਾਨੀ ਮੇਸ਼ ਤੋਂ। ਮੇਸ਼ ਰਾਸ਼ੀ ਦੇ ਜਾਤਕਾਂ ਨੂੰ ਅੱਜ ਸਰਕਾਰ ਤੋਂ ਕਾਫੀ ਸਪੋਰਟ ਮਿਲਦੀ ਹੋਈ ਨਜ਼ਰ ਆ ਰਹੀ ਹੈ, ਫੇਵਰ ਮਿਲਦਾ ਹੋਇਆ ਨਜ਼ਰ ਆ ਰਿਹਾ। ਮੈਡੀਟੇਸ਼ਨ ਅਤੇ ਸਤਸੰਗ ਵਿੱਚ ਤੁਹਾਡੀ ਰੁਚੀ ਵਧੇਗੀ ਅਤੇ ਬਿਮਾਰ ਵਿਅਕਤੀਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ। ਜੇ ਤੁਸੀਂ ਅੱਜ ਕੋਈ ਸਫਲਤਾ ਪ੍ਰਾਪਤ ਕਰਨੀ ਹੈ, ਤੁਹਾਡੇ ਲਈ ਇਹ ਲਾਜ਼ਮੀ ਹੈ ਕਿ ਤੁਹਾਨੂੰ ਕੜੀ ਮਿਹਨਤ ਕਰਨੀ ਪਏਗੀ। ਅਤੇ ਜੇਕਰ ਤੁਸੀਂ ਸਟੂਡੈਂਟ ਹੋ, ਵਿਦਿਆਰਥੀ ਹੋ, ਅਤੇ ਸਫਲਤਾ ਲਈ ਤੁਹਾਨੂੰ ਗੂੜੀ ਪੜ੍ਹਾਈ ਦੱਬ ਕੇ ਕਰਨੀ ਪਏਗੀ। ਅੱਜ ਉਪਾਅ ਕੀ ਕਰਨਾ ਹੈ ਕਿ ਸ਼ਿਵਲਿੰਗ 'ਤੇ ਚਿੱਟੇ ਫੁੱਲਾਂ ਦੀ ਮਾਲਾ ਚੜ੍ਹਾਉਣਾ ਤੁਹਾਡੇ ਲਈ ਬਹੁਤ ਸ਼ੁਭ ਰਹੇਗਾ। ਲੱਕੀ ਕਲਰ ਹੈ ਪਿੰਕ ਐਂਡ ਲੱਕੀ ਨੰਬਰ ਇਸ 25। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ, ਅੱਜ ਕੋਈ ਵੱਡੀ ਕਾਮਯਾਬੀ ਤੁਹਾਡੇ ਹੱਥ ਲੱਗ ਸਕਦੀ ਹੈ ਅਤੇ ਤੁਹਾਨੂੰ ਕੋਈ ਸ਼ੁਭ ਸਮਾਚਾਰ ਸੁਣਨ ਨੂੰ ਮਿਲ ਸਕਦਾ ਹੈ। ਪਰਿਵਾਰ ਅਤੇ ਸਮਾਜ ਵੱਲ ਤੁਹਾਡਾ ਸਮਰਪਣ ਅੱਜ ਬਣਿਆ ਰਹੇਗਾ। ਕਰੀਅਰ ਵਿੱਚ ਕੋਈ ਨਵੀਂ ਦਿਸ਼ਾ ਪ੍ਰਾਪਤ ਹੋ ਸਕਦੀ ਹੈ ਅਤੇ ਪੈਂਡਿੰਗ ਕੰਮ ਅੱਜ ਤੁਹਾਡੇ ਪੂਰੇ ਹੁੰਦੇ ਹੋਏ ਨਜ਼ਰ ਆ ਰਹੇ ਨੇ। ਬਕਾਇਆ ਕੋਈ ਹੈ ਅਤੇ ਅੱਜ ਉਹ ਖਤਮ ਹੋ ਜਾਏਗਾ। ਅੱਜ ਉਪਾਅ ਕੀ ਕਰਨਾ ਹੈ ਕਿ ਘਰ ਅਤੇ ਆਫਿਸ ਦੇ ਮੁੱਖ ਦੁਆਰ ਉੱਤੇ ਹਲਦੀ ਨਾਲ ਤੁਸੀਂ ਸ਼ੁਭ ਲਾਭ ਲਿਖਣਾ ਹੈ, ਇਹ ਤੁਹਾਡੇ ਕੰਮਾਂ ਵਿੱਚ ਆ ਰਹੀਆਂ ਅੜਚਨਾਂ ਨੂੰ ਦੂਰ ਕਰੇਗਾ। ਲੱਕੀ ਕਲਰ ਹੈ ਬਰਾਊਨ ਐਂਡ ਲੱਕੀ ਨੰਬਰ ਇਜ਼ 1। ਜੈਮਨੀ ਯਾਨੀ ਮਿਥੁਨ ਰਾਸ਼ੀ, ਮਿਥੁਨ ਰਾਸ਼ੀ ਦੇ ਜਾਤਕਾਂ 'ਤੇ ਅੱਜ ਕੰਮ ਕਾਜ ਦਾ ਬੋਝ ਅਤੇ ਦਬਾਵ ਬਣਿਆ ਰਹੇਗਾ, ਫਿਰ ਚਾਹੇ ਉਹ ਘਰ ਵਿੱਚ ਹੋਣ ਜਾਂ ਫਿਰ ਆਫਿਸ ਜਾਂ ਬਿਜ਼ਨਸ ਵਿੱਚ। ਕੰਮ ਤੁਹਾਡੇ ਲਈ ਅੱਜ ਕਾਫੀ ਜ਼ਿਆਦਾ ਰਹੇਗਾ, ਤੁਹਾਨੂੰ ਕਾਫੀ ਮਿਹਨਤ ਅਤੇ ਮੁਸ਼ੱਕਤ ਕਰਨੀ ਪਏਗੀ। ਜੇਕਰ ਤੁਸੀਂ ਪੈਸੇ ਕਿਤੇ ਇਨਵੈਸਟ ਕਰਨੇ ਨੇ, ਖਾਸ ਕਰਕੇ ਸ਼ੇਅਰ ਮਾਰਕੀਟ ਵਿੱਚ ਜੇਕਰ ਕੋਈ ਪੈਸਾ ਲਗਾਉਣਾ ਹੈ, ਤੁਹਾਨੂੰ ਲਾਭ ਤਾਂ ਪ੍ਰਾਪਤ ਹੋ ਸਕਦਾ ਹੈ ਜੇਕਰ ਉਹ ਇਨਵੈਸਟਮੈਂਟ ਤੁਹਾਡੀ ਲੰਬੇ ਸਮੇਂ ਲਈ ਤੁਸੀਂ ਇਨਵੈਸਟ ਕਰਦੇ ਹੋ। ਅੱਜ ਇੱਕ ਚੀਜ਼ ਦਾ ਜਿਹੜਾ ਧਿਆਨ ਰੱਖਣਾ ਹੈ ਕਿ ਆਪਣਾ ਪਰਸ, ਆਪਣਾ ਮੋਬਾਈਲ, ਆਪਣੀ ਗੱਡੀ ਦੀ ਚਾਬੀ, ਆਪਣੇ ਡਾਕੂਮੈਂਟਸ, ਇਹ ਸੰਭਾਲ ਕੇ ਰੱਖਣੀਆਂ ਨੇ। ਅੱਜ ਉਪਾਅ ਕੀ ਕਰਨਾ ਹੈ ਕਿ ਕਾਂਸੇ ਦੇ ਬਰਤਨ ਵਿੱਚ ਖਾਣਾ ਖਾਣਾ ਹੈ। ਲੱਕੀ ਕਲਰ ਹੈ ਗ੍ਰੀਨ ਐਂਡ ਲੱਕੀ ਨੰਬਰ ਇਜ਼ 9। ਕੈਂਸਰ ਯਾਨੀ ਕਰਕ ਰਾਸ਼ੀ, ਕਰਕ ਰਾਸ਼ੀ ਦੇ ਜਾਤਕ ਜਿਹੜੇ ਨੇ ਉਹ ਸ਼ਨੀ ਦੀ ਢਈਆ ਤੋਂ ਗੁਜ਼ਰ ਰਹੇ ਨੇ, ਜਿਸ ਕਾਰਨ ਉਹਨਾਂ ਦੀ ਜ਼ਿੰਦਗੀ, ਉਹਨਾਂ ਦੇ ਬਿਜ਼ਨਸ, ਉਹਨਾਂ ਦੇ ਕਰੀਅਰ ਵਿੱਚ ਰੁਕਾਵਟਾਂ ਆ ਰਹੀਆਂ ਨੇ, ਚੀਜ਼ਾਂ ਸਲੋਅ ਡਾਊਨ ਹੋ ਗਈਆਂ ਨੇ, ਅੜਚਨਾਂ ਆ ਰਹੀਆਂ, ਡਿਲੇ ਆ ਰਹੇ ਹੈ, ਹੌਲੀ ਹੌਲੀ ਸਾਰੇ ਕੰਮ ਹੋ ਰਹੇ ਨੇ। ਜਿਹੜੇ ਬਦਲਾਵ ਤੁਸੀਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਬਦਲਾਵ ਅਚਾਨਕ ਤੁਹਾਡੇ ਕਾਰੋਬਾਰ ਵਿੱਚ ਆ ਸਕਦੇ ਨੇ ਅਤੇ ਤੁਹਾਡੀ ਉਪਲਬਧੀ ਅਤੇ ਤੁਹਾਡੀ ਆਮਦਨੀ ਦਾ ਗ੍ਰਾਫ ਜਿਹੜਾ ਹੈ ਉਹ ਵੀ ਜੇਕਰ ਤੁਸੀਂ ਮਿਹਨਤ ਦੱਬ ਕੇ ਕਰਦੇ ਹੋ ਤਾਂ ਉੱਚਾ ਜਾ ਸਕਦਾ ਹੈ। ਆਪਣੀ ਪ੍ਰਸ਼ੰਸਾ ਅਤੇ ਆਪਣੀ ਦਿਖਾਵੇ ਤੋਂ ਬਚੋ, ਸ਼ਨੀ ਨੂੰ ਇਹ ਕੰਮ ਬਿਲਕੁਲ ਪਸੰਦ ਨਹੀਂ ਹੈ। ਕਾਨੂੰਨੀ ਮਾਮਲਿਆਂ ਵਿੱਚ ਵਕੀਲ ਦੀ ਸਲਾਹ ਤੁਸੀਂ ਜ਼ਰੂਰ ਲੈਣੀ ਹੈ ਅਤੇ ਕੋਈ ਸਰਕਾਰੀ ਅਧਿਕਾਰੀ ਅੱਜ ਤੁਹਾਡੀ ਮਦਦ ਕਰ ਸਕਦਾ ਹੈ। ਅੱਜ ਉਪਾਅ ਕੀ ਕਰਨਾ ਹੈ ਕਿ ਕਿਸੇ ਧਾਰਮਿਕ ਸਥਾਨ ਵਿੱਚ ਕਣਕ ਦਾ ਦਾਨ ਕਰਨਾ ਹੈ। ਲੱਕੀ ਕਲਰ ਤੁਹਾਡੇ ਲਈ ਹੈ ਨੇਵੀ ਬਲੂ ਐਂਡ ਲੱਕੀ ਨੰਬਰ ਇਸ 80। ਲੀਓ ਯਾਨੀ ਸਿੰਘ ਰਾਸ਼ੀ, ਸਿੰਘ ਰਾਸ਼ੀ ਦੇ ਜਾਤਕਾਂ ਦਾ ਅੱਜ ਕੰਮ ਵਿੱਚ ਭਰਪੂਰ ਮਨ ਲੱਗੇਗਾ। ਮਨ ਮੁਤਾਬਿਕ ਜੀਵਨ ਸਾਥੀ ਮਿਲਣ ਦੇ ਸੰਕੇਤ ਵੀ ਨਜ਼ਰ ਆ ਰਹੇ ਨੇ। ਮਨ ਮੁਟਾਵ ਜੇਕਰ ਕਿਸੇ ਨਾਲ ਚੱਲ ਰਿਹਾ ਹੈ, ਆਂਢ ਗੁਆਂਢ ਵਿੱਚ ਚੱਲ ਰਿਹਾ ਹੈ ਜਾਂ ਯਾਰ ਦੋਸਤਾਂ ਨਾਲ ਹੈ, ਉਹ ਮਨ ਮੁਟਾਵ ਦੂਰ ਹੁੰਦਾ ਹੋਇਆ ਨਜ਼ਰ ਆ ਰਿਹਾ। ਜੋ ਲੋਕ ਤੁਹਾਡੇ ਤੋਂ ਰੁੱਸੇ ਹੋਏ ਨੇ ਉਹਨਾਂ ਨੂੰ ਮਨਾਉਣ ਦਾ ਚੰਗਾ ਟਾਈਮ ਹੈ। ਰਿਸ਼ਤੇ ਸੁਧਾਰਨ ਲਈ
ਇੱਕ ਚੰਗਾ ਮੌਕਾ ਤੁਹਾਨੂੰ ਮਿਲ ਰਿਹਾ ਹੈ। ਇਸ ਮੌਕੇ ਦਾ ਭਰਪੂਰ ਫਾਇਦਾ ਉਠਾਓ। ਆਪਣੇ ਕੰਮ ਲਈ ਦੂਜਿਆਂ 'ਤੇ ਭਰੋਸਾ ਜ਼ਿਆਦਾ ਨਹੀਂ ਕਰਨਾ, ਆਪਣਾ ਭਾਰ ਆਪਣੇ ਮੋਢਿਆਂ 'ਤੇ ਚੁੱਕੋ ਅਤੇ ਤੁਹਾਡੇ ਲਈ ਵਧੀਆ ਰਹੇਗਾ। ਅੱਜ ਦਾ ਉਪਾਅ, ਹਰੀ ਸਬਜ਼ੀਆਂ ਦਾ ਲੰਗਰ ਵਿੱਚ ਕੀਤਾ ਦਾਨ ਤੁਹਾਡੇ ਲਈ ਸ਼ੁਭ ਰਹੇਗਾ। ਲੱਕੀ ਕਲਰ ਇਜ਼ ਸੈਫਰਨ ਐਂਡ ਲੱਕੀ ਨੰਬਰ ਇਜ਼ 3। ਵਰਗੋ ਯਾਨੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਦੇ ਜਾਤਕ ਅੱਜ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਮਤਭੇਦ ਦੂਰ ਕਰਕੇ ਨਜ਼ਦੀਕੀਆਂ ਵਧਾਉਣਗੇ। ਕਾਰਕਸ਼ੇਤਰ ਵਿੱਚ ਸਭ ਦਾ ਸਾਥ ਅਤੇ ਸਪੋਰਟ ਤੁਹਾਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ। ਪੜ੍ਹਾਈ ਵਿੱਚ ਵਿਦਿਆਰਥੀਆਂ ਦੀ ਰੁਚੀ ਵੀ ਬਣੀ ਰਹੇਗੀ। ਕੋਈ ਪ੍ਰੋਪਰਟੀ ਜਾਂ ਰੀਅਲ ਐਸਟੇਟ ਵਿੱਚ ਤੁਸੀਂ ਇਨਵੈਸਟ ਕਰਨਾ ਹੈ, ਕੰਮ ਕਰਨਾ ਹੈ, ਉਹ ਕੰਮ ਬੰਦਾ ਰੁਕ ਸਕਦਾ ਹੈ, ਥੋੜ੍ਹਾ ਉਹਦੇ ਵਿੱਚ ਡਿਲੇ ਆ ਸਕਦਾ ਹੈ, ਕੋਈ ਅੜਚਨ ਆ ਸਕਦੀ ਹੈ। ਘਰ ਵਿੱਚ ਜ਼ਰੂਰੀ ਜੇਕਰ ਫੈਸਲੇ ਤੁਸੀਂ ਲੈਣੇ ਨੇ, ਅੱਜ ਦਾ ਦਿਨ ਇਹ ਫੈਸਲਿਆਂ ਲਈ ਸ਼ੁਭ ਨਹੀਂ ਹੈ। ਇਹ ਫੈਸਲੇ ਅੱਜ ਲਈ ਟਾਲ ਦਿਓ। ਤੁਹਾਡੇ ਲਈ ਅੱਜ ਦਾ ਉਪਾਅ ਕੀ ਹੈ ਕਿ ਲਾਲ ਰੰਗ ਦੇ ਆਸਣ 'ਤੇ ਬੈਠ ਕੇ ਆਪਣੇ ਇਸ਼ਟ ਦੇਵ ਨੂੰ ਤੁਸੀਂ ਯਾਦ ਕਰਨਾ ਹੈ, ਉਹਨਾਂ ਦੀ ਪੂਜਾ ਅਰਚਨਾ ਕਰਨੀ ਹੈ। ਲੱਕੀ ਕਲਰ ਹੈ ਪਰਪਲ ਐਂਡ ਲੱਕੀ ਨੰਬਰ ਇਜ਼ 22। ਪਿਆਰੇ ਦਰਸ਼ਕੋਂ, ਜੇਕਰ ਤੁਹਾਡੇ ਮਨ ਵਿੱਚ ਜੋਤਿਸ਼, ਵਾਸਤੂ ਯੰਗ ਸ਼ਾਸਤਰ ਨੂੰ ਲੈ ਕੇ ਕੋਈ ਜਿਗਿਆਸਾ ਹੈ ਜਾਂ ਇਹ ਸਾਇੰਸ ਨੂੰ ਸਿੱਖ ਕੇ ਤੁਸੀਂ ਨਵਾਂ ਕਰੀਅਰ ਸ਼ੁਰੂ ਕਰਨਾ ਚਾਹੁੰਦੇ ਹੋ, ਆਪਣੇ ਜੀਵਨ ਵਿੱਚ ਅਤੇ ਲੋਕਾਂ ਦੇ ਜੀਵਨ ਵਿੱਚ ਕੋਈ ਸਕਾਰਾਤਮਕ ਬਦਲਾਵ ਲਿਆਉਣਾ ਚਾਹੁੰਦੇ ਹੋ, ਦੇਸ਼ ਵਿਦੇਸ਼ ਜਾਣਾ ਚਾਹੁੰਦੇ ਹੋ, ਬੱਚੇ ਦੇ ਭਵਿੱਖ ਨੂੰ ਲੈ ਕੇ ਕੋਈ ਚਿੰਤਾ ਹੈ ਜਾਂ ਸ਼ਾਦੀ ਵਿਆਹ ਵਿੱਚ ਅੜਚਨ ਆ ਰਹੀ ਹੈ, ਘਰ ਦੇ ਵਾਸਤੂ ਨੂੰ ਲੈ ਕੇ ਚਿੰਤਿਤ ਹੋ, ਤੁਹਾਡੇ ਆਫਿਸ, ਫੈਕਟਰੀ ਜਾਂ ਦੁਕਾਨ ਦੇ ਵਾਸਤੂ ਦੋਸ਼ ਕਾਰਨ ਤੁਸੀਂ ਆਪਣੇ ਕੰਪੀਟੀਸ਼ਨ ਤੋਂ ਪਿਛੜਦੇ ਜਾ ਰਹੇ ਹੋ, ਤਾਂ ਤੁਸੀਂ ਆਪਣਾ ਨਾਮ, ਆਪਣੀ ਡੇਟ ਆਫ ਬਰਥ, ਟਾਈਮ ਅਤੇ ਪਲੇਸ ਆਫ ਬਰਥ ਸਾਨੂੰ ਥੱਲੇ ਦਿੱਤੇ ਗਏ ਨੰਬਰ 'ਤੇ ਭੇਜੋ। ਅਸੀਂ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਜ਼ਰੂਰ ਕਰਾਂਗੇ। ਹੁਣ ਗੱਲ ਕਰਦੇ ਹਾਂ ਲਿਬਰਾ ਯਾਨੀ ਤੁਲਾ ਰਾਸ਼ੀ ਬਾਰੇ। ਬਿਜ਼ਨਸ ਅਤੇ ਕੰਮ ਵਿੱਚ ਅੱਜ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਸਟਾਫ ਉੱਤੇ ਥੋੜ੍ਹਾ ਜਿਹਾ ਚੁਕੰਨਾ ਰਹਿਣ ਦੀ ਲੋੜ ਹੈ। ਹੋ ਸਕਦਾ ਹੈ ਛੋਟੀ ਮੋਟੀ ਅਲਗਰਜ਼ੀ ਕਾਰਨ ਤੁਹਾਡਾ ਵੱਡਾ ਨੁਕਸਾਨ ਹੋ ਜਾਏ, ਇਸ ਕਰਕੇ ਬੀ ਕੇਅਰਫੁਲ। ਮਿਹਨਤ ਤੁਹਾਨੂੰ ਨਵੀਂ ਪਹਿਚਾਣ ਜ਼ਰੂਰ ਦਿਲਾ ਸਕਦੀ ਹੈ, ਇਸ ਲਈ ਆਪਣੇ ਟੀਚੇ ਨੂੰ ਲੈ ਕੇ, ਆਪਣੇ ਟਾਰਗੇਟ ਨੂੰ ਲੈ ਕੇ ਹਿੰਮਤ ਨਹੀਂ ਛੱਡਣੀ। ਅੜਚਨਾ ਭਾਵੇਂ ਆ ਰਹੀਆਂ ਨੇ, ਡਿਲੇ ਭਾਵੇਂ ਆ ਰਹੇ ਨੇ, ਆਪਣਾ ਕੰਮ ਕਰਦੇ ਰਹਿਣਾ। ਕਰੀਅਰ ਵਿੱਚ ਜੋ ਨਵੀਂ ਰਾਹ ਤੁਸੀਂ ਓਪਰਚੁਨਿਟੀ ਇੱਕ ਨਵੀਂ ਤਲਾਸ਼ ਰਹੇ ਹੋ, ਉਹ ਓਪਰਚੁਨਿਟੀ ਅੱਜ ਤੁਹਾਨੂੰ ਮਿਲ ਸਕਦੀ ਹੈ। ਉਸ ਵੱਲ ਤੁਸੀਂ ਅੱਜ ਆਪਣਾ ਪਹਿਲਾ ਪੈਰ ਪੁੱਟ ਸਕਦੇ ਹੋ। ਪ੍ਰੋਪਰਟੀ ਵੇਚਣ ਲਈ ਅੱਜ ਦਾ ਸਮਾਂ ਤੁਹਾਡੇ ਲਈ ਵਧੀਆ ਹੈ। ਹੋ ਸਕਦਾ ਹੈ ਕਿ ਇਹ ਪੇਮੈਂਟ ਥੋੜ੍ਹੀ ਜਿਹੀ ਰੁਕ ਕੇ ਆਏ, ਪਰ ਤੁਹਾਡੀ ਪ੍ਰੋਪਰਟੀ ਜਿਹੜੀ ਤੁਸੀਂ ਵੇਚਣਾ ਚਾਹ ਰਹੇ ਹੋ ਉਹ ਵਿਕ ਜਾਏਗੀ। ਅੱਜ ਉਪਾਅ ਕੀ ਕਰਨਾ ਹੈ ਕਿ ਵੱਡੇ ਪਰਿਜਨਾਂ ਤੋਂ ਕੁਛ ਥੋੜ੍ਹੇ ਥੋੜ੍ਹੇ ਜਿਹੇ ਸਿੱਕੇ ਲੈਣੇ ਨੇ, 1-2 ਰੁਪਏ ਦੇ ਸਿੱਕੇ ਲੈਣੇ ਨੇ, ਉਹਨਾਂ ਨੂੰ ਇੱਕ ਲਾਲ ਕੱਪੜੇ ਵਿੱਚ ਲਪੇਟ ਕੇ ਆਪਣੀ ਕੋਲ ਰੱਖ ਲੈਣਾ ਹੈ। ਲੱਕੀ ਕਲਰ ਤੁਹਾਡੇ ਲਈ ਹੈ ਕਰੀਮ ਐਂਡ ਲੱਕੀ ਨੰਬਰ ਇਜ਼ 11। ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ। ਵ੍ਰਿਸ਼ਚਿਕ ਰਾਸ਼ੀ ਦੇ ਜਾਤਕਾਂ ਲਈ ਪ੍ਰਮੋਸ਼ਨ ਦੇ ਨਵੇਂ ਰਸਤੇ ਖੁੱਲ੍ਹਦੇ ਹੋਏ ਨਜ਼ਰ ਆ ਰਹੇ ਨੇ। ਕੋਈ ਪ੍ਰਮੋਸ਼ਨ ਵਿੱਚ ਡਿਲੇ ਹੈ, ਅੜਚਨ ਹੈ, ਉਹ ਦੂਰ ਹੁੰਦੀ ਹੋਈ ਨਜ਼ਰ ਆ ਰਹੀ ਹੈ। ਕਰੀਅਰ ਵਿੱਚ ਵੀ ਜਿਸ ਮੁਕਾਮ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਉਸ ਵੱਲ ਹੁਣ ਕੰਮ ਤੁਹਾਡਾ ਸ਼ੁਰੂ ਹੋ ਗਿਆ ਹੈ। ਪਰਿਵਾਰ ਵਿੱਚ ਸਹਿਯੋਗ ਅਤੇ ਪਿਆਰ ਤੁਹਾਡੇ ਬਣਿਆ ਰਹੇਗਾ। ਤੁਹਾਡੇ ਜ਼ਿੰਦਗੀ ਦੇ ਗੋਲਸ ਨੇ, ਜਿਹੜੇ ਮੁਕਾਮ ਨੇ ਤੁਸੀਂ ਆਪਣੇ ਮਨ ਵਿੱਚ, ਆਪਣੇ ਦਿਮਾਗ ਵਿੱਚ, ਜ਼ਿਹਨ ਵਿੱਚ ਬਿਠਾਏ ਹੋਏ ਨੇ, ਉਹਨਾਂ ਨੂੰ ਲੈ ਕੇ ਤੁਹਾਡੇ ਪਰਿਵਾਰ ਵੱਲੋਂ ਤੁਹਾਨੂੰ ਪੂਰੀ ਸਪੋਰਟ ਮਿਲਦੀ ਹੋਈ ਨਜ਼ਰ ਆ ਰਹੀ ਹੈ। ਜਿਹੜੇ ਖਿਡਾਰੀ ਨੇ, ਖਾਸ ਕਰਕੇ ਹੁਣ ਓਲੰਪਿਕਸ ਚੱਲ ਰਿਹਾ, ਜਿਹੜੇ ਪਲੇਅਰਸ ਨੇ ਉਹਨਾਂ ਨੂੰ ਆਪਣੀ ਸਕਿੱਲ ਦਿਖਾਉਣ ਦਾ ਪੂਰਾ ਮੌਕਾ ਮਿਲੇਗਾ। ਅੱਜ ਉਪਾਅ ਕੀ ਕਰਨਾ ਹੈ ਕਿ ਕੁੱਤੇ ਨੂੰ ਸਰੋਂ ਦੇ ਤੇਲ ਨਾਲ ਚੋਪੜੀ ਹੋਈ ਰੋਟੀ ਜ਼ਰੂਰ ਖਿਲਾਣੀ ਹੈ। ਲੱਕੀ ਕਲਰ ਇਜ਼ ਯੈਲੋ ਐਂਡ ਲੱਕੀ ਨੰਬਰ ਇਜ਼ 7। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ। ਅੱਜ ਤੁਹਾਡੀ ਹੈਲਥ ਕਾਫ਼ੀ
ਵਧੀਆ ਰਹੇਗੀ, ਤੁਸੀਂ ਤੰਦਰੁਸਤ ਮਹਿਸੂਸ ਕਰੋਗੇ। ਵਿਦੇਸ਼ ਵਿੱਚ ਬਿਜ਼ਨਸ ਜੇਕਰ ਕਰਨ ਦਾ ਤੁਹਾਡਾ ਮਨ ਹੈ ਤਾਂ ਤੁਹਾਡੇ ਪਲੈਨਸ ਨੂੰ ਐਗਜੀਕਿਊਟ ਕਰਨ ਲਈ ਤੁਹਾਨੂੰ ਜੋ ਸਹਾਰਾ ਚਾਹੀਦਾ ਸੀ, ਜੋ ਹੈਲਪ ਚਾਹੀਦੀ ਸੀਗੀ, ਜੋ ਰਾਹ ਨਹੀਂ ਸੀ ਲੱਭ ਰਿਹਾ, ਉਹ ਐਗਜੀਕਿਊਸ਼ਨ ਲਈ ਤੁਹਾਨੂੰ ਅੱਜ ਰਾਹ ਮਿਲ ਜਾਏਗਾ। ਇਨਵੈਸਟਮੈਂਟ ਕਰਨ ਵਾਸਤੇ ਵੀ ਦਿਨ ਚੰਗਾ ਹੈ। ਜੇਕਰ ਤੁਹਾਡੇ ਮਨ ਵਿੱਚ ਰੀਅਲ ਐਸਟੇਟ ਨੂੰ ਲੈ ਕੇ ਕੋਈ ਇਨਵੈਸਟਮੈਂਟ ਕਰਨ ਦਾ ਮਨ ਹੈ, ਜ਼ਰੂਰ ਕਰੋ, ਇਹ ਤੁਹਾਨੂੰ ਲਾਭ ਦੇਵੇਗੀ। ਆਪਣੇ ਪਾਰਟਨਰਸ਼ਿਪ ਦੀ ਜੇਕਰ ਕੋਈ ਡੀਲ ਕਰਨੀ ਹੈ ਤਾਂ ਡੀਲ ਵਿੱਚ ਹੋ ਰਹੇ ਆਪਣੇ ਕਾਗਜ਼ ਪੱਤਰਾਂ ਦਾ ਧਿਆਨ ਰੱਖਣਾ ਹੈ ਅਤੇ ਆਪਣੀ ਵਾਈਫ ਜਾਂ ਆਪਣੇ ਹਸਬੈਂਡ ਦੀ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਹੈ। ਹੋ ਸਕਦਾ ਹੈ ਤੁਹਾਨੂੰ ਉਹਨਾਂ ਦੀ ਗੱਲ ਅੱਜ ਕੋਈ ਜ਼ਬਰਦਸਤੀ ਮੰਨੀ ਪਏ। ਅੱਜ ਉਪਾਅ ਕੀ ਕਰਨਾ ਹੈ ਕਿ ਸੰਦਲ ਦਾ ਟਿੱਕਾ ਇੱਕ ਮੱਥੇ 'ਤੇ ਨਾਭੀ 'ਤੇ ਲਗਾਉਣਾ ਹੈ। ਲੱਕੀ ਕਲਰ ਹੈ ਰੈੱਡ ਐਂਡ ਲੱਕੀ ਨੰਬਰ ਇਜ਼ 27। ਕੈਪਰੀਕੋਨ ਯਾਨੀ ਮਕਰ ਰਾਸ਼ੀ, ਮਕਰ ਰਾਸ਼ੀ ਦੇ ਜਾਤਕਾਂ ਲਈ ਸਾੜ ਸਤੀ ਦਾ ਆਖਰੀ ਫੇਜ਼ ਹੈ ਅਤੇ ਆਖਰੀ ਫੇਜ਼ ਵਿੱਚ ਸਾੜ ਸਤੀ ਯਾਨੀ ਸ਼ਨੀ ਭਗਵਾਨ ਹਮੇਸ਼ਾ ਚੰਗਾ ਰਿਜ਼ਲਟ ਦੇ ਕੇ ਜਾਂਦੇ ਨੇ। ਇਸ ਕਰਕੇ ਮਕਰ ਰਾਸ਼ੀ ਦੇ ਜਾਤਕਾਂ ਨੂੰ ਆਪਣੀ ਪੁਰਾਣੀ ਕੀਤੀ ਹੋਈ ਮਿਹਨਤ ਦਾ ਫਲ ਮਿਲਣ ਵਾਲਾ ਹੈ, ਮਿਹਨਤ ਇਹਨਾਂ ਦੀ ਰੰਗ ਲਿਆਏਗੀ। ਪਰ ਛੁਪੇ ਹੋਏ ਦੁਸ਼ਮਣ ਤੁਹਾਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਨੇ। ਘਰ ਵਿੱਚ ਤੁਹਾਡੇ ਮੰਗਲ ਕਾਰਜ ਹੁੰਦਾ ਹੋਇਆ ਕੋਈ ਨਾ ਕੋਈ ਨਜ਼ਰ ਆ ਰਿਹਾ। ਰੈਨੋਵੇਸ਼ਨ ਜੇਕਰ ਤੁਸੀਂ ਕਰਾਉਣੀ ਹੈ ਆਪਣੇ ਘਰ, ਆਫਿਸ, ਫੈਕਟਰੀ ਦੀ, ਜਾਂ ਸਾਜ ਸੱਜਾ ਦਾ ਕੋਈ ਸਮਾਨ ਲਿਆਉਣਾ ਹੈ, ਸਮਾਂ ਸ਼ੁਭ ਹੈ, ਜ਼ਰੂਰ ਕਰੋ। ਸਟੂਡੈਂਟਸ ਨੂੰ ਮਨਚਾਹੀ ਐਡਮਿਸ਼ਨ ਮਿਲਦੀ ਹੋਈ ਨਜ਼ਰ ਆ ਰਹੀ ਹੈ। ਅੱਜ ਉਪਾਅ ਕੀ ਕਰਨਾ ਹੈ ਕਿ ਧਾਰਮਿਕ ਸਥਲ 'ਤੇ ਕਿਸੇ ਗਰੀਬ ਇਨਸਾਨ ਨੂੰ ਅਨਾਜ ਤੁਸੀਂ ਦਾਨ ਦੇਣਾ ਹੈ। ਲੱਕੀ ਕਲਰ ਹੈ ਪੀਚ ਐਂਡ ਲੱਕੀ ਨੰਬਰ ਇਜ਼ 32। ਐਕੁਏਰੀਅਸ ਯਾਨੀ ਕੁੰਭ ਰਾਸ਼ੀ, ਅੱਜ ਕਿਸਮਤ ਤੁਹਾਡੇ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ, ਚਮਕਦੀ ਹੋਈ ਨਜ਼ਰ ਆ ਰਹੀ ਹੈ। ਤੁਸੀਂ ਜਿਹੜੀ ਚੀਜ਼ ਨੂੰ ਹੱਥ ਪਾਓਗੇ ਅੱਜ ਤੁਹਾਡੇ ਕੰਮ ਬਣਦੇ ਹੋਏ ਨਜ਼ਰ ਆ ਰਹੇ ਨੇ। ਆਫਿਸ ਵਿੱਚ ਦਿਨ ਤੁਹਾਡੇ ਮਨ ਮੁਤਾਬਿਕ ਗੁਜ਼ਰੇਗਾ, ਸਟਾਫ ਤੁਹਾਡੀ ਗੱਲ ਸੁਣੇਗਾ, ਤੁਹਾਨੂੰ ਆਪਣੇ ਕਲੀਗਸ ਤੋਂ ਵੀ ਪੂਰੀ ਸਪੋਰਟ ਮਿਲਦੀ ਹੋਈ ਨਜ਼ਰ ਆ ਰਹੀ ਹੈ। ਹੋ ਸਕਦਾ ਹੈ ਕੋਈ ਸੀਨੀਅਰ ਅੱਜ ਤੁਹਾਡਾ ਕੋਈ ਫੇਵਰ ਵੀ ਕਰ ਦੇ ਅਤੇ ਤੁਹਾਡੀ ਪ੍ਰਮੋਸ਼ਨ ਦੀ ਗੱਲਬਾਤ ਜੇਕਰ ਕਿਤੇ ਚੱਲ ਰਹੀ ਹੈ ਤਾਂ ਉਹ ਗੱਲਬਾਤ ਵੀ ਸਿਰੇ ਚੜ੍ਹਦੀ ਹੋਈ ਨਜ਼ਰ ਆ ਰਹੀ ਹੈ। ਤੁਸੀਂ ਇੱਕ ਗੱਲ ਦਾ ਜਿਹੜਾ ਧਿਆਨ ਰੱਖਣਾ ਹੈ ਕਿ ਅੱਜ ਆਪਣੇ ਪਾਰਟਨਰ ਨਾਲ ਕਿਤੇ ਘੁੰਮਣ ਜ਼ਰੂਰ ਜਾਣਾ ਹੈ, ਕਿਤੇ ਬਾਹਰ ਉਹਨੂੰ ਕੁਛ ਨਾ ਕੁਛ ਚਟਪਟਾ ਜਿਹਾ ਖਿਲਾ ਕੇ ਜ਼ਰੂਰ ਲਿਆਉਣਾ ਹੈ। ਅੱਜ ਉਪਾਅ ਕੀ ਕਰਨਾ ਹੈ ਕਿ ਤਾਂਬੇ ਦਾ ਇੱਕ ਖੋਟਾ ਸਿੱਕਾ ਲਾਲ ਧਾਗੇ ਵਿੱਚ ਪਿਰੋ ਕੇ ਆਪਣੇ ਕੋਲ ਰੱਖਣਾ ਹੈ ਜਾਂ ਗੱਲ ਵਿੱਚ ਧਾਰਨ ਕਰਨਾ ਹੈ। ਲੱਕੀ ਕਲਰ ਤੁਹਾਡੇ ਲਈ ਮੈਜੈਂਟਾ ਐਂਡ ਲੱਕੀ ਨੰਬਰ ਇਸ 22। ਪਾਈਸਿਸ ਯਾਨੀ ਮੀਨ ਰਾਸ਼ੀ, ਮੀਨ ਰਾਸ਼ੀ ਦੇ ਜਾਤਕਾਂ ਦੀ ਸਾੜ ਸਤੀ ਅੱਜ ਤਾਜ਼ੀ ਤਾਜ਼ੀ ਸ਼ੁਰੂ ਹੋਈ ਹੈ। ਕਿਸੇ ਵੱਡੇ ਪ੍ਰੋਜੈਕਟ ਨੂੰ ਹੋ ਸਕਦਾ ਹੈ ਤੁਹਾਨੂੰ ਇਸ ਕਰਕੇ ਲੀਡ ਕਰਨ ਦਾ ਮੌਕਾ ਮਿਲੇ, ਜਿਸ ਕਰਕੇ ਤੁਹਾਡੀ ਸਿਰਦਰ, ਤੁਹਾਡੇ ਕੰਮ ਦਾ ਪ੍ਰੈਸ਼ਰ ਤੁਹਾਡੇ ਉੱਤੇ ਵੱਧ ਜਾਏ। ਪਰ ਇਸ ਕੰਮ ਨੂੰ ਤੁਸੀਂ ਚੰਗੀ ਤਰ੍ਹਾਂ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ, ਓਨੈਸਟੀ ਨਾਲ ਨਿਭਾ ਪਾਓਗੇ। ਤੁਹਾਨੂੰ ਇਸ ਕੰਮ ਲਈ ਵਾਹਵਾਹੀ ਵੀ ਮਿਲੇਗੀ, ਲੋਕਾਂ ਵਿੱਚ ਰੈਕੋਗਨੀਸ਼ਨ ਵੀ ਮਿਲੇਗੀ, ਸਰਕਾਰ ਵੀ ਤੁਹਾਡੇ ਦੁਆਰ ਆ ਕੇ ਖੜੀ ਰਹੇਗੀ ਅਤੇ ਤੁਹਾਡੇ ਅਨੁਸਾਰ ਚੱਲੇਗੀ। ਸਰਕਾਰੀ ਅਧਿਕਾਰੀ ਤੁਹਾਡੀ ਮਦਦ ਕਰ ਸਕਦੇ ਨੇ ਅਤੇ ਤੁਹਾਡਾ ਕੋਈ ਰੁਕਿਆ ਹੋਇਆ ਕੰਮ ਵੀ ਬਣਦਾ ਹੋਇਆ ਨਜ਼ਰ ਆ ਰਿਹਾ। ਆਰਥਿਕ ਸਮੱਸਿਆ ਤੋਂ ਤੁਸੀਂ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਹੋ। ਅੱਜ ਦਾ ਉਪਾਅ, ਚਲਦੇ ਪਾਣੀ ਵਿੱਚ 1.25 ਕਿਲੋ ਜੌਂ ਅਤੇ ਦੁੱਧ ਘੋਲ ਕੇ ਤੁਸੀਂ ਬਹਾਉਣਾ ਹੈ। ਲੱਕੀ ਕਲਰ ਇਜ਼ ਸਿਲਵਰ ਐਂਡ ਲੱਕੀ ਨੰਬਰ ਇਜ਼ 80। ਪਿਆਰੇ ਦਰਸ਼ਕੋਂ, ਇਹ ਸੀ ਤੁਹਾਡਾ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਿਸ਼ਨੂ ਗੁਪਤਾ ਤੁਹਾਡੇ ਸਾਹਮਣੇ ਕੱਲ੍ਹ ਫਿਰ ਹਾਜ਼ਰ ਹੋਵਾਂਗਾ, ਇਸੇ ਸਮੇਂ ਇਸੇ ਚੈਨਲ ਉੱਤੇ, ਨਵੇਂ ਰਾਸ਼ੀਫਲ, ਨਵੇਂ ਉਪਾਅ, ਲੱਕੀ ਕਲਰ ਅਤੇ ਲੱਕੀ ਨੰਬਰ ਲੈ ਕੇ। ਅੱਜ ਲਈ ਮੈਨੂੰ ਇਜਾਜ਼ਤ ਦੇ ਦਿਓ।
ਮੈਂ ਰੱਬ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਹਾਡਾ ਅੱਜ ਦਾ ਦਿਨ ਲੱਕੀ ਰਹੇ, ਸ਼ੁਭ ਰਹੇ, ਮੰਗਲਕਾਰੀ ਰਹੇ। ਨਮਸਕਾਰ, ਸਤਿ ਸ਼੍ਰੀ ਅਕਾਲ।